ਬੋਲੋਂ ਜਮਾ ਦੇ ਇਨਾ ਛਡਾਵਣਾ ਨਾ ਨਾਮ ਸੇਵਾ ਦੇ ਬਿਨਾ ਗੁਰਜੰਟ ਸਿੰਘਾ ਕੁਝ ਵੀ ਨਾਲ ਦਰਗਾਹ ਵਿੱਚ ਜਾਵਣਾ ਨਾ ਕੁਝ ਵੀ ਨਾਲ ਦਰਗਾਹ ਵਿੱਚ ਜਾਵਣਾ ਨਾ ਕੇ ਅੰਗਦ ਅਮਰਰਾਮੇ ਅਰਜਨ ਹਰਗੋਬਿੰਦ ਹਰ ਰਾਇ ਹਰ ਕ੍ਰਿਸ਼ਨ ਜੀ ਤੇਗ ਗੋਬਿੰਦ ਮਰ ਗਿੰਦਾ ਪਹਿਲਾ ਦਸਵੇਂ ਪਾਤਸ਼ਾਹ ਰਤਿਓ ਤੀਸਰਾ ਪੰਥ ਪਾਜ ਤੀਸਰੇ ਪੰਥ ਕੇ ਸ੍ਰੀ ਗੁਰੂ ਸਾਹਿਬ ਗ੍ਰੰਥ ਬੜਾ ਕੀਮਤੀ ਸਮਾਂ ਹੈ ਹੱਥ ਆਇਆ ਬੜਾ ਕੀਮਤੀ ਸਮਾਂ ਹੈ ਹੱਥ ਆਇਆ ਤੂੰ ਇਸ ਨੂੰ ਗਵਾਈ ਨਾ ਬੰਦੇ ਜਨਮਿਆ ਮੋਲਕ ਅਹੀਰਾ ਤੂੰ ਮਿੱਟੀ ਚ ਮਲਾਈ ਨਾ ਬੜਾ ਕੀਮਤੀ ਸਮਾਂ ਹੈ ਹੱਥ ਆਇਆ ਤੂੰ ਇਸ ਨੂੰ ਗਵਾਈ ਨਾ ਬੰਦੇ ਜਨਮਿਆ ਮੋਲਕ ਅਹੀਰਾ ਤੂੰ ਮਿੱਟੀ ਚ ਮਲਾਈ ਨਾ ਬੜਾ ਕੀਮਤੀ ਸਮਾਂ ਹੈ ਹੱਥ ਆਇਆ ਗਣਾ ਤੇ ਪੇਚਾ ਐਵੇਂ ਪਾਈ ਨਾ ਬੰਦੇ ਜਨਮਿਆ ਮੋਲਕ ਲਈ ਰਾ ਤੂੰ ਮਿੱਟੀ ਚ ਮਲਾਈ ਨਾ ਬੜਾ ਕੀਮਤੀ ਸਮਾਂ ਹੈ ਹੱਥ ਆਇਆ ਤੂੰ ਇਸ ਨੂੰ ਗਵਾਈ ਨਾ ਬੰਦੇ ਜਨਮਿਆ ਮੋਲਕ ਲਈ ਰਾ ਤੂੰ ਮਿੱਟੀ ਚ ਮਲਾਈ ਨਾ ਬੜਾ ਕੀਮਤੀ ਸਮਾਂ ਹੈ ਹੱਥ ਆਇਆ ਜਿੰਦਗੀ ਤੋਂ ਜਿੰਦਗੀ ਹੈ ਫਿੱਕੀ ਰੰਗੀਲਾ ਪੰਨ ਦੂਰ ਹੋ ਜਾਏ ਤੈਂਦਾ ਆਖਰ ਨੂੰ ਕਿਲਾ ਹੰਕਾਰ ਦਾ ਕਿਟਹਿ ਕੇ ਚੂਰਾ ਚੂਰ ਹੋ ਜਾਏ ਤੈਂਦਾ ਆਖਰ ਨੂੰ ਕਿਲਾ ਹੰਕਾਰ ਦਾ ਕਿਟਹਿ ਕੇ ਚੂਰਾ ਚੂਰ ਹੋ ਜਾਏ ਲੱਗਾ ਦੀਰਗ ਹੈ ਰੋਗ ਬਾਣੀਆਂ ਕੀ ਦੀ ਲੱਗਾ ਦੀਰਗ ਹੈ ਗਬਾਣੀ ਆਖਦੀ ਤੂੰ ਹੌਮੇ ਨੂੰ ਵਧਾਈ ਨਾ ਬੰਦੇ ਜਨਮੇ ਅਮੋਲਕ ਆਈ ਰਾ ਤੂੰ ਮਿੱਟੀ ਚ ਮਲਾਈ ਨਾ ਬੜਾ ਕੀਮਤੀ ਸਮਾਂ ਹੱਥ ਆਇਆ ਤੂੰ ਇਸ ਨੂੰ ਗਵਾਈ ਨਾ ਬੰਦੇ ਜਨਮੇ ਅਮੋਲਕ ਆਈ ਰਾ ਤੂੰ ਮਿੱਟੀ ਚ ਮਲਾਈ ਨਾ ਬੜਾ ਕੀਮਤੀ ਸਮਾਂ ਹੱਥ ਆਇਆ ਕਿੰਤਾ ਠੀਕ ਇੰਦਾ ਲੱਗਣ ਕੋਜੀਆਂ ਬਿਮਾਰੀਆਂ ਪੈਣਾ ਸਾਰਾ ਕੁਝ ਅਖਰ ਤਿਆਗਣਾ ਤੂੰ ਲੋਭ ਨੂੰ ਵਧਾਈਨਾ ਬੰਦੇ ਜਨਮ ਅਮੋਲਕ ਆਈ ਰਾ ਤੂੰ ਮਿੱਟੀ ਚ ਮਲਾਈਨਾ ਬੜਾ ਕੀਮਤੀ ਸਮਾਂ ਹੱਥ ਆਇਆ ਤੂੰ ਇਸ ਨੂੰ ਗਵਾਈਨਾ ਬੰਦੇ ਜਨਮ ਅਮੋਲਕ ਆਈ ਰਾ ਤੂੰ ਮਿੱਟੀ ਚ ਮਲਾਈਨਾ ਬੜਾ ਕੀਮਤੀ ਸਮਾਂ ਹੱਥ ਆਇਆ ਵੇਖ ਕੀਮਤੀ ਛਵਾ ਛਰਖੀ ਬੁੱਧੀ ਦੇਖੋ ਇਹਨੂੰ ਕਾਮਣਾ ਲਵੇ ਇਥੋਂ ਜਲ ਕੇ ਤਮਾਮ ਰਾਜੇ ਰਾਣੇ ਜਿਨ੍ਹਾਂ ਦਾ ਕੋਈ ਨਾਮ ਨਾ ਲਵੇ ਇਥੋਂ ਜਲ ਕੇ ਤਮਾਮ ਰਾਜੇ ਰਾਣੇ ਜਿਨ੍ਹਾਂ ਦਾ ਕੋਈ ਨਾਮ ਨਾ ਲਵੇ ਖੱਟ ਲੈ ਖੱਟੀ ਨੇਕੀਆਂ ਦੀ ਜੱਗ ਵਿੱਚੋਂ ਖੱਟ ਲੈ ਤੇ ਬਦੀ ਨੂੰ ਕਮਾਈ ਨਾ ਬੰਦੇ ਜਨਮਿਆ ਮੋਲਕ ਆਈ ਰਾ ਤੂੰ ਮਿੱਟੀ ਚ ਮਲਾਈ ਨਾ ਬੜਾ ਕੀਮਤੀ ਸਮਾਂ ਹੈ ਹੱਥ ਆਇਆ ਤੂੰ ਇਸ ਨੂੰ ਗਵਾਈ ਨਾ ਬੰਦੇ ਜਨਮਿਆ ਮੋਲਕ ਆਈ ਰਾ ਤੂੰ ਮਿੱਟੀ ਚ ਮਲਾਈ ਨਾ ਬੜਾ ਕੀਮਤੀ ਸਮਾਂ ਹੈ ਹੱਥ ਆਇਆ ਪੱਲੇ ਮਿਹਨਤੀ ਐ ਮਾਨਦਾਰੀ ਰੱਖੀ ਜੇ ਹੋਣਾ ਸਫਲ ਚਾਹੇ ਤਾਂ ਉਹ ਨਰਜ ਰਜ ਖਾਵੇਂਗਾ ਤੂੰ ਬੈਂਕਾ ਤੇ ਜਿੰਨਾ ਦਬ ਦਬ ਵਾਹੇ ਤੂੰ ਉਹ ਨਰਜ ਰਜ ਖਾਵੇਂਗਾ ਤੂੰ ਬੈਂਕਾ ਤੇ ਜਿੰਨਾ ਦਬ ਦਬ ਵਾਹੇ ਤੂੰ ਸੱਚ ਮੋਤਿ ਤੇ ਨਾਮ ਸੰਗ ਸਾਧੂ ਸਤ ਮੌਤਿਆ ਤੇ ਨਾਮ ਸੰਗ ਸਾਧੂ ਦਾ ਇਹ ਚਾਰੇ ਹੀ ਭਲਾਈ ਨਾ ਬੰਦੇ ਜਨਮਿਆ ਮੋਲਕ ਆਈ ਰਾ ਤੂੰ ਮਿੱਟੀ ਚ ਮਲਾਈ ਨਾ ਬੜਾ ਕੀਮਤੀ ਸਮਾਂ ਹੈ ਹੱਥ ਆਇਆ ਤੂੰ ਇਸ ਨੂੰ ਗਵਾਈ ਨਾ ਬੰਦੇ ਜਨਮਿਆ ਮੋਲਕ ਆਈ ਰਾ ਤੂੰ ਮਿੱਟੀ ਚ ਮਲਾਈ ਨਾ ਬੜਾ ਕੀਮਤੀ ਸਮਾਂ ਹੈ ਹੱਥ ਆਇਆ ਉਦਮ ਕਰੇਂਦਿਆਂ ਜੀਓ ਤੂੰ ਕਮਾਮਦਿਆਂ ਸੁਖ ਪੁੰਚ ਧਿਆਏਂਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਬਹੁਤ ਆਤ ਇੱਕ ਧਾਰਨਾ ਬਣ ਗਈ ਵੀ ਜਦੋਂ ਕਰਮਾਂ ਦੇ ਵਿੱਚ ਹੋਵੇਗਾ ਉਦੋਂ ਸਿੱਖੀ ਪ੍ਰਾਪਤ ਹੋਵੇਗੀ ਜਦੋਂ ਕਰਮਾਂ ਵਿੱਚ ਹੋਇਆ ਉਦੋਂ ਅਮਰਤ ਛਕਾਂਗੇ ਸਾਧ ਸੰਗਤ ਜੀ ਕਰਮ ਬੜੇ ਪ੍ਰਬਲ ਹਨ ਪਰ ਮਨੁੱਖਾ ਜਨਮ ਦੇ ਅੰਦਰ ਜਿਹੜੀ ਬੁੱਧੀ ਦੀ ਤਾਕਤ ਬਖਸ਼ੀ ਹੈ ਨਾ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਵਿਲੱਖਣਤਾ ਹੈ ਔਰ ਬੁੱਧੀ ਨੇ ਮਨ ਦੇ ਸੰਕਲਪਾਂ ਤੇ ਵਿਚਾਰ ਕਰਨੀ ਹੁੰਦੀ ਹੈ ਔਰ ਬੁੱਧੀ ਦੇ ਨਾਲ ਮਨ ਦੇ ਸੰਕਲਪਾਂ ਦੀ ਠੀਕ ਵਿਚਾਰ ਨੂੰ ਚੁਣ ਕੇ ਉਹਦੇ ਤੇ ਚੱਲਣ ਦਾ ਉਦਮ ਕਰਕੇ ਆਪਣੇ ਕਰਮਾਂ ਨੂੰ ਆਪ ਸੁਧਾਰਨ ਵਾਸਤੇ ਵੀ ਗੁਰਦੇਵ ਨੇ ਤੌਗੀਦ ਕੀਤੀ ਜੇ ਸਭ ਕੁਝ ਆਪਣੇ ਆਪ ਹੀ ਹੋਣਾ ਹੁੰਦਾ ਜੇ ਸਭ ਕੁਝ ਸੋ ਲਿਖੇ ਹੋਏ ਕਰਮਾਂ ਅਨਸਾਰ ਹੀ ਚੱਲੀ ਜਾਣਾ ਹੁੰਦਾ ਤੇ ਫਿਰ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਐਡਾ ਵੱਡਾ ਫਲਸਫਾ ਸੱਚੇ ਪਾਤਸ਼ਾਹ ਨੇ ਕਿਉਂ ਬਖਸ਼ਣਾ ਸੀ ਇਹ ਤਾਂ ਆ ਹੀ ਬਖਸ਼ਿਆ ਕਿ ਸਾਡੇ ਕਰਮ ਸੁਧਰ ਜਾਣ ਅਸੀਂ ਕਰਮ ਨੇਕ ਕਰ ਸਕੀਏ ਚੰਗੇ ਕਰਮ ਕਰ ਸਕੀਏ ਔਰ ਜਿਹੜੇ ਸਭ ਕੁਝ ਕਰਮਾਂ ਦਾ ਬਹਾਨਾ ਲਾ ਕੇ ਛੱਡ ਦਿੰਦੇ ਐ ਸਿੱਖੀ ਨੂੰ ਤਲਾੰਜਲੀ ਦੇ ਕੇ ਦੁਨੀਆਂ ਦੇ ਰੰਗ ਮੰਚ ਵਿੱਚ ਗਵਾਚ ਕੇ ਫੇਰ ਆਖਣਾ ਵੀ ਅਜੇ ਅਮਰਤ ਨਹੀਂ ਐ ਕਰਮਾਂ ਦੇ ਵਿੱਚ ਡਾਕਟਰ ਭਾਈ ਵੀਰ ਸਿੰਘ ਜੀ ਦੀ ਇੱਕ ਕਵਿਤਾ ਪੰਜਵੀਂ ਜਮਾਤ ਦੀ ਪੰਜਾਬੀ ਦੀ ਕਿਤਾਬ ਦੇ ਵਿੱਚ ਮੈਂ ਬੜੀ ਮੈਨੂੰ ਯਾਦ ਐ ਉਹ ਸਤਰ ਉਹ ਲਿਖਦੇ ਉਦਮ ਬਿਨਾ ਹੱਥ ਖਾਲੀ ਰਹਿਸਣ ਉਦਮ ਥੀ ਭਰਪੂਰ ਉਦਮ ਕਰਨਾ ਪਵੇਗਾ ਗਰਮ ਤਾਂ ਬਣ ਗਏ ਪੰਜ ਪਿਆਰੇ ਸਹਿਬਾਨ ਪਹੁੰਚੇ ਆ ਦਲ ਪੰਥ ਪਹੁੰਚੇ ਆ ਉਤਮਤਾ ਕਰਨਾ ਪਵੇਗਾ ਨਾ ਤਿਆਰੀ ਕਰਕੇ ਗੁਰੂ ਕੀ ਸੰਗਤ ਦੇ ਵਿੱਚ ਹੋਣ ਦਾ ਆਓ ਫਤਿਹ ਬੁਲਾइए ਕੇਵਲ ਇੱਕੋ ਇੱਕ ਹਫਤਾ ਦੀ ਹਾਜ਼ਰੀ ਲਵਾਉਣੀ ਹੈ ਜੋ ਮੁੱਖ ਮਨੋਰਥ ਹੈ ਆਪਣਾ ਗੁਰਦੇਵ ਦੇ ਚਰਨਾਂ ਵਿੱਚ ਸੀਸ ਠਕਾਓ ਔਰ ਹਾਜ਼ਰੀ ਲਵਾਓ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਗੁਰਮਤ ਸਮਾਗਮ ਦੇ ਅੰਦਰ ਜਿਹੜੇ ਜੋੜ ਮੇਲੇ ਦੇ ਅੰਦਰ ਕੋਈ ਅੰਮ੍ਰਿਤ ਨਭਲਾ ਖੀਰ ਰਜਿਸਟਰ ਤੇ ਨਾਮ ਲਿਖਵਾ ਦੇਣ ਸਮਝ ਲਾਓ ਕਿ ਉਹ ਜੋੜ ਮੇਲਾ ਸਫਲਾ ਹੋ ਗਿਆ ਤੇ ਜੇ ਲੱਖਾਂ ਦੀ ਤਦਾਦ ਦੇ ਵਿੱਚ ਦੀਵਾਨ ਸੱਜਿਆ ਮੰਡਾਲ ਲੱਗੇ ਲੰਗਰ ਵਰਤੇ ਦੀਵਾਨ ਲੱਗੇ ਤੇ ਅੰਮ੍ਰਿਤ ਛਕਣ ਵਾਸਤੇ ਕੋਈ ਇੱਕ ਬੰਦਾ ਵੀ ਤਿਆਰ ਨਹੀਂ ਹੋਇਆ ਕਿਸੇ ਇੱਕ ਨੌਜਵਾਨ ਨੇ ਵੀ ਕੇਸ ਰੱਖਣ ਵਾਸਤੇ ਨਸ਼ੇ ਤਿਆਗਣ ਵਾਸਤੇ ਪਰਣ ਨਹੀਂ ਲਿਆ ਦੇ ਫੇਰ ਸਾਧ ਸੰਗਤ ਜੀ ਪਾਵਨ ਗੁਰਬਾਣੀ ਆਖਦੀ ਹੈ ਕਹੈ ਸੁਣੈ ਗਿਆ ਹੋਈ ਜੋ ਸਹਜ ਨਾ ਮਿਲਿਓ ਸੋਈ ਇਹ ਤਮਾਮ ਜੋੜ ਮੇਲੇ ਸਾਰੇ ਦੀਵਾਨ ਇਹ ਸਾਰੇ ਪ੍ਰਚਾਰ ਇਹਨਾਂ ਦਾ ਮਨੋਰਥ ਇਹੋ ਹੀ ਹੈ ਵੀ ਟੁੱਟੀਆਂ ਸੁਰਤਾਂ ਗੁਰੂ ਦੇ ਨਾਲ ਜੁੜ ਜਾਣ ਜਿਨ੍ਹਾਂ ਅੰਮ੍ਰਿਤ ਛਕਿਆ ਉਹਨਾਂ ਦੇ ਨਿਤਨੇਮ ਦੇ ਵਿੱਚ ਗੁਰਬਾਣੀ ਸਿਮਰਨ ਵਿਆਸ ਵਿੱਚ ਵਾਧਾ ਹੋਵੇ ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ ਸਿੱਖਾਂ ਦੇ ਘਰਾਂ ਵਿੱਚ ਜਨਮ ਲੈ ਕੇ ਕੇਸਾਂ ਨੂੰ ਰੋਮਾਂ ਨੂੰ ਗੰਦੀਆਂ ਨਾਲੀਆਂ ਵਿੱਚ ਰੋੜਦੇ ਆ ਉਹਨਾਂ ਨੂੰ ਕਦੇ ਸਮਝ ਆ ਜਾਵੇ ਜਦੋਂ ਉਹ ਆਪਣੇ ਯੋਧਿਆਂ ਸ਼ਹੀਦਾਂ ਦਾ ਇਤਿਹਾਸ ਸੁਣਨ ਉਹਨਾਂ ਨੂੰ ਪਤਾ ਲੱਗੇ ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਦੇ ਖੋਪੜ ਲੈ ਗਏ ਪਰ ਉਹਨਾਂ ਨੇ ਕੇਸਾਂ ਨੂੰ ਕੈਂਚੀ ਨਾ ਲੱਗਣ ਦਿੰਦੀ ਸਮਝ ਆ ਜਾਵੇ ਇਹ ਜੋੜ ਮੇਲੇ ਇਹ ਦਿਵਾਨ ਲਾਉਣ ਦਾ ਇਹ ਲਾਭ ਹੈ ਇਹ ਇਲਾਕਾ ਸਤਪੁਰਸ਼ਾਂ ਦੀ ਆਵਾਦਤ ਦੇ ਨਾਲ ਦਰਿਆ ਹੋਇਆ ਇਲਾਕਾ ਹੈ ਤੇ ਸਾਧ ਸੰਗਤ ਜੀ ਬੜੀ ਖੁਸ਼ੀ ਹੋਈ ਭਾਈ ਸਰਬਜੀਤ ਸਿੰਘ ਜੀ ਉਹਨਾਂ ਨੇ ਦਰਸਾਇਆ ਹੈ ਕਿ ਪੰਜ ਛੇ ਨਾਮ ਅਮਰਤਪਲਾਖੀਆਂ ਦੇ ਆਏ ਹੈ ਉਹਨਾਂ ਵੱਲੋਂ ਬੇਅੰਤ ਅਸੀਸ ਪਿਆਰ ਵੀ ਪਹੁੰਚਿਆ ਹੈ ਮਾਇਆ ਦੇ ਰੂਪ ਦੇ ਵਿੱਚ ਮਹਾਪੁਰਖਾਂ ਦੇ ਅਨਣ ਸੇਵਾਦਾਰ ਹੈ ਉਹਨਾਂ ਵੱਲੋਂ ਉਹਨਾਂ ਦੇ ਪ੍ਰਤਾ ਸਰਦਾਰ ਜਸਵੀਰ ਸਿੰਘ ਜੀ ਇਸੇ ਤਰ੍ਹਾਂ ਗੁਰੂ ਕੇ ਵਜੀਰ ਗਰੰਥੀ ਸਿੰਘ ਜੀ ਪਾਪਾ ਜਵਾਰਦਾਸ ਜੀ ਦੇ ਪਾਵਨ ਸਥਾਨਾਂ ਦੇ ਜੋ ਸੇਵਾ ਨਿਭਾਉਂਦੇ ਆ ਉਹਨਾਂ ਵੱਲੋਂ ਪਿਆਰ ਵੀਰ ਹਰਵਿੰਦਰ ਸਿੰਘ ਜੀ वीर दलबाग सिंह जी सतपाल सिंह जी मोहनपुरे वाले ज्ञानी जी जेडे साडे तों ਪਹਿਲਾਂ ਆਪਜੀ ਦੀ ਸੇਵਾ ਕਰਕੇ ਗਏ ਐ ਅੱਜ ਤਰਸੇਮ ਸਿੰਘ ਜੀ ਉਹਨਾਂ ਵੱਲੋਂ ਅਸੀਸ ਪਹੁੰਚੀ ਹੈ ਕੇਸਰੀ ਚੈਨਲ ਦੇ オーనర్ ਡਾਕਟਰ ਗੁਰਜਿੰਦਰ ਸਿੰਘ ਜੀ ਔਰ वीर जुहार ਸਿੰਘ ਜੀ ਸੁਰ ਸਿੰਘ ਟੀਵੀ ਦੁਆਰਾ ਅੱਜ ਦਾ ਪ੍ਰੋਗਰਾਮ ਲਾਈਵ ਟੈਲੀਕਾਸਟ ਕਰ ਰਹੇ ਨੇ ਬਾਪੂ ਅਮਰੀਕ ਸਿੰਘ ਜੀ ਜਿਨ੍ਹਾਂ ਨੇ ਅੰਤਮ ਸਵਾਸਾਂ ਤੱਕ ਦਲਪੰਥ ਦੇ ਵਿੱਚ ਸੇਵਾ ਕੀਤੀ ਇੱਕ ਪੰਕਤੀ ਪੜਦੇ ਆਪਾਂ ਗੁਰਬਾਣੀ ਦੀ ਸੇਵਕ ਕੀ ਓੜਕ ਨਿਭਹੀ ਪ੍ਰੀਤ ਸਾਧ ਸੰਗਤ ਜੀ ਜਦੋਂ ਬਾਪੂ ਅਮਰੀਕ ਸਿੰਘ ਜੀ ਦਾ ਚਾਲਾ ਵੇਖਿਆ ਨਾ ਅਸੀਂ ਤੇ ਇਉਂ ਜਾਪਿਆ ਵੀ ਉਹਨਾਂ ਦੇ ਜੀਵਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਪੰਕਤੀ ਤੇ ਅਰਥ ਕਰ ਦਿੱਤੇ ਅਰਥ ਕਰ ਦਿੱਤੇ ਕਹਿ ਦੇਣਾ ਬੜਾ ਸੌਖਾ ਏ ਪਰ ਪ੍ਰੀਤੀ ਨੂੰ ਓੜਕ ਤੱਕ ਨਿਭਾ ਦੇਣਾ ਬੜਾ ਔਖਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਤ ਚਹੁੰਦੇ ਸਗੇਰੇ ਵਿਵਤ ਪਰਿ ਸਭ ਹੀ ਸੰਗ ਸਾੜਤ ਕੋ ਨਾ ਆਵਤ ਨਿਰ ਪ੍ਰੀਤੀ ਨੂੰ ਨਿਭਾਉਣਾ ਦੋਸਤੀ ਦੋ ਸਤ ਦੋ ਦੋਵੇਂ ਪਾਸਿਓ ਸੱਚ ਦਾ ਸਮੇਲ ਇਹ ਨਹੀਂ ਵੀ ਇੱਕ ਪਾਸੇ ਖੋਟ ਤੇ ਦੂਜੇ ਪਾਸੇ ਪਿਆਰ ਦੋ ਸਤ ਜਦੋਂ ਮਿਲਦੇ ਤੇ ਦੋਸਤ ਬਣਦਾ ਹੈ ਦੋਸਤੀ ਨੂੰ ਮੁਹੱਬਤ ਨੂੰ ਪ੍ਰੀਤੀ ਨੂੰ ਗੁਰੂ ਘਰ ਦੇ ਨਾਲ ਇਸ ਨਗਰ ਦੇ ਉਸ ਗੁਰਮੁਖ ਪਿਆਰੇ ਨੇ ਨਿਭਾਇਆ ਸੱਚਖੰਡਵਾਸੀ ਮਹਾਂਪੁਰਖਾਂ ਦੇ ਸਮੇਂ ਤੋਂ ਉਹਨਾਂ ਦੀ ਭਰਤੀ ਸੀ ਤੇ तमाम ਆਰਜੂ ਗੁਰੂ ਕੇ ਤਵੇਲੇ ਦੇ ਵਿੱਚ ਕਦੇ ਵੇਖਣਾ ਸਾਥ ਸੰਗਤ ਜੀ ਜਿਵੇਂ ਆਪਾਂ ਆਪਣੇ ਬਹੁਤੇ ਸਗਿਆਂ ਦੇ ਨਾਲ ਜਿਹਦੇ ਨਾਲ ਬਹੁਤੀ ਮੁਹੱਬਤ ਹੋਵੇ ਉਹਦੇ ਨਾਲ ਹੱਸਦੇ ਖੇਡਦੇ ਆ ਨਾ ਇਸ ਤਰ੍ਹਾਂ ਆਪਣੇ ਅਰਾਕੀ ਦੇ ਨਾਲ ਜਥੇਦਾਰ ਅਮਰੀਕ ਸਿੰਘ ਜੀ ਉਹਨਾਂ ਨੇ ਬਾਤਾਂ ਕਰਨੀਆਂ ਇੱਕ ਦੂਜੇ ਦੇ ਨਾਲ ਰੁੱਸ ਜਾਣਾ ਫੇਰ ਮਨਾਉਣਾ ਜਦੋਂ ਅੰਤਮ ਸਮਾਂ ਉਹਨਾਂ ਦਾ ਆਇਆ ਕੋਈ ਥੋੜੀ ਬਹੁਤ ਜੀ ਢਿੱਲ ਮੱਠ ਸਰੀਰ ਦੇ ਵਿੱਚ ਆਈ ਤੇ ਬਾਬਾ ਚਰਨਜੀਤ ਸਿੰਘ ਜੀ ਉਹਨਾਂ ਦੀ ਡਿਊਟੀ ਦولتਪੰਥ ਦੇ ਵਿੱਚ ਉਹਨਾਂ ਨੇ ਆਖਿਆ ਵੀ ਬਾਪੂ ਜੀ ਨੂੰ ਲੈ ਜਾਓ ਉਥੋਂ ਦੇ ਪ੍ਰਬੰਧਕਾਂ ਨੂੰ ਸੋ ਭੇਜਿਆ ਗੱਡੀ ਤੇ ਹਸਪੀਟਲ ਦੇ ਵਿੱਚ ਲੈ ਕੇ ਗਏ ਤੇ ਸਾਥ ਸੰਗਤ ਜੀ ਦਿਨ ਢਲ ਰਿਹਾ ਸੀ ਸਾਰਾ ਦਿਨ ਉਥੇ ਦਵਾਈ ਬੂਟੀ ਹੁੰਦੀ ਰਹੀ ਬੋਤਲਾਂ ਚੜੀਆਂ ਗਲੂਕੋਜ਼ ਤੇ ਜਦੋਂ ਤਾਂ ਹਸਪੀਟਲ ਦੇ ਵਿੱਚ ਲੈ ਗਏ ਨਾ ਤੇ ਕਹਿਣ ਲੱਗੇ ਤੁਸੀਂ ਮੰਜੇ ਤੇ ਲਟਾਈ ਜਾਂਦੇ ਹੋ ਮੈਂ ਤਾਂ ਦਵਾਈ ਲੈ ਕੇ ਵਾਪਸ ਜਾਣਾ ਡਾਕਟਰ ਆਖਿਆ ਕੁਝ ਦਿਨ ਵਾਸਤੇ ਐਡਮਿਟ ਰਹਿਣਾ ਪਵੇਗਾ ਪਰ ਉਹਨਾਂ ਨੇ ਤਕਾਲਾਂ ਤੱਕ ਰਟ ਲਾਈ ਰੱਖੀ ਵੀ ਨਹੀਂ ਮੈਂ ਆਪਣੇ ਘੋੜੇ ਦੇ ਪਾਸ ਜਾਣਾ ਹੈ ਗੁਰੂ ਕੀ ਤਵੇਲੇ ਦੇ ਵਿੱਚ ਜਾਣਾ। ਉਦੋਂ ਤੱਕ ਉਹ ਬੋਲਣੋਂ ਨਹੀਂ ਹਟੇ ਜਦੋਂ ਤੱਕ ਛੁੱਟੀ ਨਹੀਂ ਦਿਵਾ ਲਈ। ਫਿਰ ਡਾਕਟਰਾਂ ਨੇ ਆਖਿਆ ਵੀ ਦਵਾਈ ਦੇ ਦਿਓ, ਇੰਜੈਕਸ਼ਨ ਦਾ ਦਿਓ ਤੇ ਇਹਨਾਂ ਨੇ ਇਦਾਂ ਨਹੀਂ ਠਹਿਰਨਾ। ਇਹਨਾਂ ਨੂੰ ਨਾਲ ਹੀ ਲੈ ਕੇ ਜਾਣਾ ਪਵੇ। ਗੱਲ ਲੈ ਆਏ ਸੇਵਾਦਾਰ ਸਿੰਘ। ਆਉਂਦਿਆਂ ਹੀ ਸਾਥ ਸੰਗਤ ਜੀ ਭਾਵੇਂ ਸਰੀਰ ਵਿੱਚ ਢਿਲਮਠ ਸੀ। ਆਪਣੇ ਘੋੜੇ ਦੇ ਧਾਣੇ ਪਾਣੀ ਦਾ ਪ੍ਰਬੰਧ ਕੀਤਾ ਤੇ ਵੱਡੀ ਇੱਕ ਢੇਰੀ ਘਾਹ ਦੀ ਖੋਦ ਕੇ ਹਰਿਆ ਘਾਹ ਟਿਹੜਾ ਵਾਲਾ ਢੇਰੀ ਲਾਈ। ਤੇ ਸਾਧ ਸੰਗਤ ਜੀ ਘੋੜੇ ਦੇ ਨੇੜੇ ਹੀ ਉਹ ਆਪਣਾ ਅਸਨ ਰੱਖਿਆ ਕਰਦੇ ਸਨ ਤੇ ਅਮਰਤ ਵੇਲੇ ਨਿਤਨੇਮ ਦਾ ਪਹਿਰਾ ਉਹਨੂੰ ਦਾਸਦਾ ਸੀ ਸੋ ਨਿਤਨੇਮ ਤੋਂ ਉਪਰੰਤ ਸਾਧ ਸੰਗਤ ਜੀ ਜਦੋਂ ਘੋੜਿਆਂ ਦੇ ਤਵੇਲੇ ਵਾਲੇ ਪਾਸੇ ਜਾ ਕੇ ਵੇਖਿਆ ਤੇ ਗੁਰੂ ਕੇ ਸਿੰਘਾਂ ਦਾ ਇਕੱਠ ਹੋਇਆ ਤੇ ਘੋੜੇ ਦੇ ਅੱਗੇ ਹੀ ਕਾ ਦੀ ਪੰਡ ਦੀ ਢੇਰੀ ਲੱਗੀ ਹੋਈ ਤੇ ਘੋੜੇ ਦੇ ਅੱਗੇ ਪੰਡ ਦੇ ਉੱਪਰ ਉਹਨਾਂ ਦਾ ਸਿਰ ਤੇ ਉਥੇ ਉਹਨਾਂ ਦਾ ਅੰਮ੍ਰਿਤ ਵੇਲੇ ਦਾ ਚਾਲਾ ਨਿਤਨੇਮ ਆਸਾ ਦੀ ਵਾਰ ਦਾ ਆਰੰਭ ਹੋਣ ਵਾਲਾ ਸੀ ਤੇ ਉਸ ਵਕਤ ਉਹਨਾਂ ਦਾ ਚਾਲਾ ਹੋਇਆ ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸਿਮਰਿਓ ਆਪਣਾ ਜਲਤੇ ਰੱਖਿਓ ਚੀਤ ਐਸੇ ਗੁਰਮੁਖਾਂ ਦੇ ਜੀਵਨ ਤੇ ਢੁਗਦਾ ਚਲੇ ਸਾਰਿਆਂ ਨੇ ਜਾਣਾ ਹੈ ਪਰ ਜਿਹੜੇ ਗੁਰੂ ਘਰ ਦੇ ਨਾਲ ਤੋੜ ਨਿਭਾ ਜਾਂਦੇ ਹਨ ਨਾ ਉਹਨਾਂ ਦੀਆਂ ਜਾਤਾਂ ਸਦਾ ਰਹਿੰਦੀਆਂ ਸੰਗਤਾਂ ਦੇ ਹਿਰਦੇ ਦੇ ਵਿੱਚ ਦਲਮਨਥ ਦੇ ਵਿੱਚ ਜਦੋਂ ਵੀ ਇੱਥੇ ਪੜਾਉ ਲੱਗਦਾ ਹੈ ਉਹਨਾਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਵੀ ਇਸ ਨਗਰ ਦੇ ਉਹ ਗੁਰਮੁਖ ਪਿਆਰੇ ਸਨ ਜਿਨ੍ਹਾਂ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਘੋੜਿਆਂ ਦੇ ਤਵੇਲੇ ਦੇ ਵਿੱਚ ਅੰਤਮ ਸਵਾਸਾਂ ਤੱਕ ਆਪਣੀ ਸੇਵਾ ਨਿਭਾਈ ਸੋ ਐਸੇ ਗੁਰਮੁਖਾਂ ਦਾ ਜੀਵਨ ਸਾਡੇ ਵਾਸਤੇ ਮੀਲ ਪੱਥਰ ਦੀ ਤਰ੍ਹਾਂ ਹੁੰਦਾ ਜਿਹੜਾ ਦੱਸਦਾ ਹੈ ਵੀ ਐਵੇਂ ਪੁਰਾਣੇ ਸਿੰਘ ਸੇਵਾ ਕਰਿਆ ਕਰਦੇ ਸਨ ਗੁਰਦੇਵ ਕਿਰਪਾ ਕਰਨ ਆਓ ਮੈਂ ਇੱਕ ਕਵਿਤਾ ਕਹਾਂ ਕਿਉਂਕਿ ਬਯੰਤ ਜਥੇ ਪੰਥ ਪ੍ਰਸਿੱਧ ਢਾਡੀ ਸਤਕਾਰਯੋਗ ਗਿਆਨੀ ਬਖਸੀਦ ਸਿੰਘ ਜੀ ਰਾਣੀਵਲਾ ਉਹ ਵੀ ਹਾਜ਼ਰ ਨੇ ਦਲਪੰਥ ਦੇ ਵਿਦਿਆਰਥੀਆਂ ਦਾ ਜਥਾ ਵੀ ਹੈ ਭਾਈ ਬਲਬੀਰ ਸਿੰਘ ਜੀ ਹੋਰ ਬੇੰਤ ਜਥੇ ਇਹ ਜਿਹੜਾ ਇਲਾਕਾ ਹੈ ਨਾ ਇਹ ਢਾਡੀ ਕਵੀਸ਼ਰਾਂ ਦੀ ਦੁਨੀਆ ਦਾ ਸ਼ਾਹਸਵਾਰਾਂ ਦਾ ਪੇੜ ਹੈ ਵੱਡੇ ਵੱਡੇ ਕਵੀਸ਼ਰ ਢਾਡੀ ਇਹਨਾਂ ਨਗਰਾਂ ਦੇ ਵਿੱਚੋਂ ਪੈਦਾ ਹੋਏ ਆ ਰਾਗੀ ਭਾਈ ਸੁੰਦਰ ਸਿੰਘ ਜੀ ਦਲਪੰਥ ਵਿੱਚ ਰਹਿ ਕੇ ਜਿਹੜੇ ਪਹਿਲਾਂ ਸੇਵਾ ਨਿਭਾਉਂਦੇ ਰਿਹਾ ਗੁਰੂ ਕੇ ਵਜੀਰ ਹਰਪ੍ਰੀਤ ਸਿੰਘ ਜੀ ਸਾਰਿਆਂ ਵੱਲੋਂ ਹੀ ਪਿਆਰ ਪਹੁੰਚਿਆ ਸਾਧ ਸੰਗਤ ਜੀ ਇਹ ਕਲਗੀਧਰਪੇ ਦਾ ਦਸ਼ਮੇਸ਼ ਦਾ ਹੁਕਮ ਹੈ ਕਿ ਪੀਵੋ ਪੌਲ ਖੰਡੇ ਧਾਰ ਹੋਏ ਜਨਮ ਸਹਿੇਲਾ ਕਈ ਕਹਿੰਦੇ ਜੀ ਪਹਿਲਾਂ ਕਿਹੜਾ ਅੰਮ੍ਰਿਤ ਹੁੰਦਾ ਸੀ ਪਹਿਲਾਂ ਵੀ ਤਾਂ ਸਿੱਖ ਮਹਾਰਾਜ ਦੇ ਬਣਦੇ ਹੀ ਸੀ ਨਾ ਉਦੋਂ ਦਾ ਜਿਹੜਾ ਵਿਧੀ ਵਿਧਾਨ ਸੀ ਉਹ ਚਰਨ ਧੋਏ ਰੇ ਰਾਸਕਰ ਚਰਨਾ ਅੰਮ੍ਰਿਤ ਸਿੱਖਾਂ ਪੀ ਲਾਇਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨਾਵੇਂ ਪਾਤਸ਼ਾਹ ਤੱਕ ਸਿੱਖ ਗੁਰੂ ਕੇ ਚਰਨਾਂ ਦੀ ਪੌੜ ਲਿਆ ਕਰਦੇ ਸ ਤੇ ਚਰਨਾਂ ਦੀ ਪੌੜ ਸਾਧ ਸੰਗਤ ਜੀ ਇੱਕ ਸ਼ਾਂਤਮਈ ਪੌੜ ਸੀ ਤੇ ਸਮਾਜ ਜੰਗਾਂ ਜੁੱਧਾਂ ਦਾ ਗੁਰਦੇਵ ਨੇ ਕਲਗੀ ਧਰਪੇ ਦਾ ਜੀ ਨੇ ਆਖਿਆ ਵੀ ਹੁਣ ਬੌਲ ਬੀਜ ਰਸੀ ਕਰਨੀ ਹੈ ਤੇ ਮਹਾਰਾਜ ਸੱਜੇ ਪਾਤਸ਼ਾਹ ਨੇ ਪੰਨਿਆਂ ਦੀ ਪਰਖ ਲਈ ਮਿਰਤਕ ਕੋ ਪਾਇਓ ਤਨ ਸਾਸਾ ਬਿਸ਼ਰਤਾਨ ਮਲਾਇਆ ਉਹਨਾਂ ਨੂੰ ਲੈ ਆਂਦਾ ਗਲਵਕੜੀ ਵਿੱਚ ਲੈ ਕੇ ਪੰਨਿਆਂ ਦੇ ਸੀਸ ਲੈ ਕੇ ਮੋੜ ਸਰਜੀਤ ਕਰਕੇ ਗਲਵਕੜੀ ਵਿੱਚ ਲੈ ਕੇ ਬਾਹਰ ਆ ਗਿਆ ਕਲਗੀ ਧਰਪਾਤਸ਼ਾ ਉਹਨਾਂ ਵਿੱਚ ਸਡੌਲਤਾ ਭਰਨ ਵਾਸਤੇ ਐ ਤਰ੍ਹਾਂ ਤਰ੍ਹਾਂ ਦੀਆਂ ਧਾਤੂਆਂ ਪਲਾਸਟਿਕ ਕੱਚ ਹੋਰ ਚੀਨੀ ਦਸੋਈਆਂ ਵਿੱਚ ਵਰਗ ਸਟੀਲ ਜਿੰਨੀਆਂ ਇਹ ਧਾਤੂਆਂ ਵੜ ਗਈਆਂ ਮਾੜੀਆਂ ਉਹਨੀਆਂ ਬਿਮਾਰੀਆਂ ਵਧ ਗਈਆਂ ਅਸੀਂ ਵੇਖਦੇ ਸੀ ਸਾਡੀਆਂ ਬਜ਼ੁਰਗ ਮਾਈਆਂ ਦਾਦੀਆਂ ਪਰਦਾਦੀਆਂ ਦੇ ਪੁਰਾਣੇ ਬਰਤਨ ਸਾਹਸੰਗ ਜੀ ਉਹ ਪਾਲਾਂ ਬੰਨ ਬਣ ਕੇ ਵੱਡੀਆਂ ਗਾਗਰਾਂ ਕਹਿੰਦੇ ਥਾਲ ਉਹ ਲੱਗੇ ਹੁੰਦੇ ਸੀ ਵੱਡੇ ਵਾਧਿਆਂ ਦੇ ਉੱਪਰ ਨਾ ਹਉਣ ਵਾਧੇ ਰਹਿ ਗਏ ਤੇ ਨਾ ਉਹ ਬਰਤਨ ਰਹਿ ਗਏ ਸਾਡੀਆਂ ਸਤਕਾਰਯੋਗ ਮਤਾਵਾ ਬੀਬੀਆਂ ਭੈਣਾਂ ਨੇ ਉਹ ਲੋਹੇ ਦੇ ਕਹਿੰਦੇ ਬਰਤਨ ਵਟਾ ਵਟਾ ਕੇ ਪਲਾਸਟਿਕ ਬਿਮਾਰੀ ਦਾ ਘਰ ਘਰਾਂ ਨੂੰ ਲੈ ਆਂਦੀ ਤੁਹ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨੇ ਰਵੈਤਾ ਦਲਪੰਥ ਦੇ ਵਿੱਚ